करवाए गए पर्चे जिस श्रोमणी कमेटी ने नवतेज सिंह गुगू ते 4 करोड़ दा मुकदमान हानी दा परचा दर्ज किया ओदा वकील घटो घट 20-25 लाख रुपए का होगा। संगत जी सुन लियो इनू स्टडी करो ते फिर जदों कोर्ट दे विच आपां किसे ते मान हानि दा परचा पाउणा ते उत्थे भी घटो घट 15-20 लाख रुपया जमा कराउणा पैंदा। 1 करोड़ का जो अहते मानहानी का दावा पाते हैं तो घटो घट 3-4 लाख रुपये स्टाम लगता है 20 लाख रुपया घटो घट स्टाम लगे हो गए जेडे गुरु दिया गोलकां विचों लगे ने हुण परचे कादे होए भरा ते नवतेज सिंह गुगू ते कादे परचे ते केड़ा मानहानी का परचा पाया। इस करके जदों वीर उत्थे सेवा करया करदा सी जां इत्थे करया करदा सी वीर अक्सर अपनी वीडियो च बोलदे अज भी वीडियो सोशल मीडिया ते ने वी इन्हां ने गुरु रामदास पातशाह दे पवित्र नां ते बुच्चड़खाना खोलिया वल्लां दे विच। वाहेगुरु जी का खालसा वाहेगुरु जी की फतेह। गुरु प्यारियो श्रोमणी गुरुद्वारा प्रबंधक कमेटी जिस तो सिख कौम नूं बहुत उम्मीदां ने पर अजकल समा कुछ अजिहा चल रहा है कि आए दिन इस दी कोई ना कोई घटिया करतूत सामने आ ही जाती है। बेशक गल तां श्री गुरु ग्रंथ साहिब जी दे 328 स्वरूपां दी होवे या सदा साध नूं बिना मंगिया दित्ती गई माफी दी, पर इह संस्था ओह है जिस दे उत्ते काबिज़ ने ਉਹ ਠੇਕੇਦਾਰ ਜੋ ਸਿਆਸੀ ਧਿਰਾਂ ਦਾ ਹੱਥ ਠੋਕਾ ਬਣ ਕੇ ਹੀ ਫੈਸਲੇ ਸੁਣਾਉਂਦੇ ਨੇ ਤੇ ਇਸ ਵਾਰ ਜੋ ਹਰਕਤ SGPC ਵੱਲੋਂ ਕੀਤੀ ਗਈ ਹੈ ਸ਼ਾਇਦ ਉਸ ਹਰਕਤ ਨੂੰ ਨਾਨਕ ਨਾਮ ਲਿਵਾ ਸਿੱਖ ਸੰਗਤ ਕਦੇ ਮੁਆਫ ਨਹੀਂ ਕਰ ਸਕੇਗੀ। ਵੀਰ ਨਵਤੇਜ ਸਿੰਘ ਗੁੱਗੂ ਨੂੰ ਤੁਸੀਂ ਬਾਖੂਬ ਜਾਣਦੇ ਹੋ ਜੋ ਕਦੇ ਗੁਰੂ ਰਾਮਦਾਸ ਦੇ ਦਰ ਤੇ ਸੇਵਾ ਨਿਭਾਇਆ ਕਰਦੇ ਸਨ, ਪਰ ਉਸ ਹਸਪਤਾਲ ਦੇ ਵਿੱਚ ਸੇਵਾ ਦੌਰਾਨ ਵੀ ਇਹ ਸਰਿਆਮ ਹਿੱਕ ਠੋਕ ਕੇ ਕਹਿੰਦੇ ਸੀ ਕਿ ਗੁਰੂ ਰਾਮਦਾਸ ਦੇ ਨਾਮ ਉੱਤੇ ਬੁੱਚੜਖਾਨਾ ਖੋਲਿਆ ਹੋਇਆ ਹੈ ਜੋ ਚੱਲਦਾ ਬੇਸ਼ੱਕ ਗੁਰੂ ਦੀ ਗੋਲਕ ਵਿੱਚੋਂ ਰਿਹਾ ਹੈ, ਪਰ ਗਰੀਬ ਗੁਰਬਿਆਂ ਨੂੰ ਉੱਥੇ ਕੋਈ ਸਹਾਰਾ ਨਹੀਂ ਦਿੱਤਾ ਜਾਂਦਾ। ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਬਿਆਨ ਵੀ ਅਸੀਂ ਸ਼ਬਦਾਂ ਵਿੱਚ ਨਹੀਂ ਕਰ ਸਕਦੇ। ਜਿਸ ਤੋਂ ਬਾਅਦ ਵੀਰ ਨਵਤੇਜ ਸਿੰਘ ਗੁੱਗੂ ਨੇ ਹਿੰਮਤ ਕੀਤੀ, ਵਾਹਿਗੁਰੂ ਨੇ ਇਸ ਦੀ ਸੇਵਾ ਲਾਈ ਤੇ ਇਸ ਦੀ ਸੇਵਾ ਦੁਨੀਆਂ ਨੇ ਦੇਖੀ ਜੋ ਅੱਜ ਤੱਕ ਬਾਦਸਤੂਰ ਚੱਲ ਰਹੀ ਹੈ। ਨਵਤੇਜ ਹਿਊਮਨਿਟੀ ਕਲੱਬ ਖੜਾ ਕੀਤਾ ਗਿਆ, ਹਸਪਤਾਲ ਬਣਾਇਆ ਗਿਆ ਜਿੱਥੇ ਅੱਜ ਵੀ ਸੈਂਕੜੇ ਗਰੀਬ ਰੋਜ਼ਾਨਾ ਆ ਕੇ ਆਪਣਾ ਇਲਾਜ ਕਰਵਾ ਕੇ ਜਾਂਦੇ ਨੇ। ਪਰ ਇਸ ਸਭ ਦੇ ਵਿੱਚ ਹੁਣ SGPC ਵੱਲੋਂ ਨਵਤੇਜ ਸਿੰਘ ਗੁੱਗੂ ਦੇ ਉੱਤੇ 4 ਕਰੋੜ ਦਾ ਮਾਨਹਾਨੀ ਦਾ ਦਾਵਾ ਕਰ ਦਿੱਤਾ ਗਿਆ ਹੈ ਤੇ ਉਹ ਦਾਵਾ ਤਾਂ ਠੋਕਿਆ ਗਿਆ ਹੈ ਕਿਉਂਕਿ ਉਹਨਾਂ ਨੇ ਗੁਰੂ ਰਾਮਦਾਸ ਹਸਪਤਾਲ ਨੂੰ ਬੁੱਚੜਖਾਨਾ ਆਖਿਆ ਸੀ। ਪਰ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਸਿੰਘ ਬਰਜਿੰਦਰ ਸਿੰਘ ਪਰਵਾਨਾ ਗੁੱਗੂ ਵੀਰ ਦੇ ਕੋਲ ਪਹੁੰਚੇ ਅਤੇ ਉਹਨਾਂ ਨੇ ਆਪ ਕਿਹਾ ਕਿ ਜੇ ਤੁਸੀਂ ਪਰਚਾ ਕਰਨਾ ਹੈ, ਮਾਨਹਾਨੀ ਦਾ ਦਾਵਾ ਕਰਨਾ ਹੈ ਤਾਂ ਮੇਰੇ ਤੇ ਕਰੋ, ਕਿਉਂਕਿ ਗੁਰੂ ਰਾਮਦਾਸ ਦੇ ਨਾਮ ਨੂੰ ਅਗਰ ਕਿਸੇ ਨੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ SGPC ਹੈ, ਕਿਉਂਕਿ ਗੁਰੂ ਘਰ ਦੀਆਂ ਗੋਲਕਾਂ ਦਾ ਪੈਸਾ ਗਰੀਬਾਂ 'ਤੇ ਇਸਤੇਮਾਲ ਹੋਣਾ ਚਾਹੀਦਾ ਸੀ। ਪਰ ਅੱਜ ਸਿਆਸੀ ਧਿਰਾਂ ਦੇ ਹੱਥ ਠੋਕੇ ਇਹਨਾਂ ਸੰਸਥਾਵਾਂ 'ਤੇ ਕਾਬਿਜ਼ ਹੋ ਬੈਠੇ ਨੇ ਅਤੇ ਗੁਰੂ ਘਰਾਂ ਦਾ ਪੈਸਾ ਵੀ ਕਿਤੇ ਨਾ ਕਿਤੇ ਸਿਰਫ ਵਿਅਰਥ ਹੋ ਰਿਹਾ ਹੈ ਅਤੇ ਚੰਗੇ ਸਮਾਜ ਸੇਵੀਆਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ SGPC ਅਤੇ ਦੁਨੀਆਂ ਦੇ ਸਾਹਮਣੇ ਇਹ ਇੱਕ ਬਹੁਤ ਵੱਡਾ ਅਨਰਥ ਹੋ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾੜੇ ਕਾਰਜਕਾਲ ਦਾ ਸਮਾਂ ਚੱਲ ਰਿਹਾ, ਮਾੜੇ ਪ੍ਰਬੰਧਾਂ ਦੀਆਂ ਜਿਹੜੀਆਂ ਨੇ ਕਰਤੂਤਾਂ ਜਿਹੜੀਆਂ ਨੇ ਉਹ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ। ਉਹ ਭਾਵੇਂ ਬਰਗਾੜੀ ਦੇ ਮਸਲੇ ਤੋਂ ਲੈ ਲਈਏ, ਆਪਾਂ ਸਰਸੇ ਵਾਲੇ ਸਾਧ ਨੂੰ ਮਾਫੀ ਦੀ ਲੈ ਲਈਏ, ਸਿੰਘਾਂ ਨੂੰ ਸ਼ਹੀਦ ਕਰਨ ਦੀ ਲੈ ਲਈਏ, ਤੇ ਹੁਣੇ ਹੁਣੇ ਰੀਸੈਂਟਲੀ ਜਿਹੜਾ ਮੁੱਦਾ ਏਡਾ ਭਖਿਆ ਹੋਇਆ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬੇਅਦਬੀ ਜਿਹੜੀ ਹੈ ਇਹਨਾਂ ਨੇ ਕੀਤੀ। ਉੱਥੇ ਨਾਲ ਨਾਲ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਵੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਹੋਰ ਨਵਾਂ ਚੰਨ ਚਾੜ ਦਿੱਤਾ ਗਿਆ। ਉਹ ਚੰਨ ਕੀ ਚਾੜਿਆ ਗਿਆ, ਸ਼ਰਮ ਆਵੇਗੀ ਸਾਨੂੰ ਸੁਣ ਕੇ ਵੀ ਅਸੀਂ ਮਤਲਬ ਉਸ ਸ਼੍ਰੋਮਣੀ ਕਮੇਟੀ ਦੇ ਉਸ ਪੰਥ ਦਾ ਮਤਲਬ ਉਸ ਜਗ੍ਹਾ ਦਾ ਹਿੱਸਾ ਵਾ ਵੀ ਜਿਹੜੇ ਗਰੀਬਾਂ ਦਾ, ਲੋੜਵੰਦਾਂ ਦਾ, ਮਜ਼ਲੂਮਾਂ ਦਾ ਇਲਾਜ ਕਰਨ ਵਾਲਿਆਂ ਦੇ ਉੱਪਰ ਕਿਹੜੇ ਕਿਹੜੇ ਕੇਸ ਦਰਜ ਕੀਤੇ ਜਾ ਰਹੇ ਨੇ। ਵੀਰ ਨਵਤੇਜ ਸਿੰਘ ਗੁੱਗੂ ਮੇਰੇ ਨਾਲ ਬੈਠੇ ਨੇ,
ਇਹਨਾਂ ਦੇ ਉੱਪਰ ਸ਼੍ਰੋਮਣੀ ਕਮੇਟੀ ਨੇ 4 ਕਰੋੜ ਦਾ ਦਾਵਾ ਠੋਕਿਆ। ਹੋਸਪਿਟਲ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਂ ਤੇ ਵੱਲਾ ਜਿਹੜਾ ਹੋਸਪਿਟਲ ਬਣਿਆ ਕਿਉਂ ਠੋਕਿਆ, ਮੈਂ 2 ਮਿੰਟ ਅੱਗੇ ਗੱਲ ਕਰਦਾ। ਉਸ ਤੋਂ ਬਾਅਦ 8 ਕਈ ਜਗ੍ਹਾ ਤੇ ਇਹਨਾਂ ਨੇ ਜਮਾਨਤਾਂ ਜਿਹੜੀਆਂ ਨੇ ਆਪਣੀਆਂ ਕਰਾਈਆਂ ਨੇ, FIR ਕਰਵਾਈਆਂ ਨੇ, ਉਹਨਾਂ ਨੇ ਪਰਚੇ ਕਰਵਾਏ, ਇਹਨਾਂ ਨੇ ਜਮਾਨਤਾਂ ਕਰਾਈਆਂ ਨੇ। ਹੁਣ ਕਿਉਂ ਕਰਵਾਏ ਗਏ ਪਰਚੇ, ਜਿਸ ਸ਼੍ਰੋਮਣੀ ਕਮੇਟੀ ਨੇ ਨਵਤੇਜ ਸਿੰਘ ਗੁੱਗੂ ਤੇ 4 ਕਰੋੜ ਦਾ ਮਾਨਹਾਨੀ ਦਾ ਪਰਚਾ ਦਰਜ ਕੀਤਾ ਤੇ ਉਹਦਾ ਵਕੀਲ ਘੱਟੋ ਘੱਟ 20-25 ਲੱਖ ਰੁਪਏ ਦਾ ਹੋਏਗਾ। ਸੰਗਤ ਜੀ ਸੁਣ ਲਿਓ, ਇਹਨੂੰ ਸਟੱਡੀ ਕਰਿਓ ਤੇ ਫਿਰ ਜਦੋਂ ਕੋਰਟ ਦੇ ਵਿੱਚ ਆਪਾਂ ਕਿਸੇ ਤੇ ਮਾਨਹਾਨੀ ਦਾ ਪਰਚਾ ਪਾਉਣਾ ਤੇ ਉੱਥੇ ਵੀ ਘੱਟੋ ਘੱਟ 15-20 ਲੱਖ ਰੁਪਇਆ ਜਮ੍ਹਾਂ ਕਰਾਉਣਾ ਪੈਂਦਾ। 1 ਕਰੋੜ ਦਾ ਜਦੋਂ ਅਸੀਂ ਕਿਸੇ ਤੇ ਮਾਨਹਾਨੀ ਦਾ ਦਾਵਾ ਪਾਉਂਦੇ ਹਾਂ ਤੇ ਘੱਟੋ ਘੱਟ 3-4 ਲੱਖ ਰੁਪਏ ਸਟਾਮ ਲੱਗਦਾ ਤੇ 20 ਲੱਖ ਰੁਪਇਆ ਘੱਟੋ ਘੱਟ ਸਟਾਮ ਲੱਗੇ ਹੋਣਗੇ ਜਿਹੜੇ ਗੁਰੂ ਦੀਆਂ ਗੋਲਕਾਂ ਵਿੱਚੋਂ ਲੱਗੇ ਨੇ। ਹੁਣ ਪਰਚੇ ਕਾਹਦੇ ਹੋਏ ਭਰਾ ਤੇ ਨਵਤੇਜ ਸਿੰਘ ਗੁੱਗੂ ਤੇ ਕਾਹਦੇ ਪਰਚੇ ਤੇ ਕਿਹੜਾ ਮਾਨਹਾਨੀ ਦਾ ਪਰਚਾ ਪਾਇਆ? ਇਸ ਕਰਕੇ ਜਦੋਂ ਵੀਰ ਉੱਥੇ ਸੇਵਾ ਕਰਿਆ ਕਰਦਾ ਸੀ ਜਾਂ ਇੱਥੇ ਕਰਿਆ ਕਰਦਾ ਸੀ, ਵੀਰ ਅਕਸਰ ਆਪਣੀ ਵੀਡੀਓ ਚ ਬੋਲਦੇ, ਅੱਜ ਵੀ ਵੀਡੀਓ ਸੋਸ਼ਲ ਮੀਡੀਆ ਤੇ ਨੇ, ਵੀ ਇਹਨਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਨਾਂ ਤੇ ਬੁੱਚੜਖਾਨਾ ਖੋਲਿਆ ਵੱਲਾਂ ਦੇ ਵਿੱਚ, ਜਿੱਥੇ ਇੱਕ ਮਰ ਜਾਏ ਬੰਦਾ ਡਾਕਟਰ ਕਹਿੰਦਾ 45,000 ਜਮ੍ਹਾਂ ਕਰਾ ਮੈਂ ਤੈਨੂੰ ਫੇਰ ਲਾਸ਼ ਦੇਵਾਂਗਾ, ਮੈਂ ਕੱਲੀ ਕੱਲੀ ਵੀਡੀਓ ਵੀਰ ਜੀ ਮੈਨੂੰ ਭੇਜ ਲੈਂਗਾ, ਮੈਂ ਚੁਣ ਚੁਣ ਕੇ ਨਾਲ ਪਾਉਂਗਾ। ਉਸ ਤੋਂ ਬਾਅਦ ਤਨਖਾਹਾਂ ਵੀ ਗੁਰੂ ਦੀ ਗੋਲਕ, ਬਿਲਡਿੰਗ ਗੁਰੂ ਦੀ ਗੋਲਕ, ਤੇ ਹੁਣ ਇਥੋਂ ਤੱਕ ਵੀ ਹੁਣ ਹੱਲ ਹੋ ਗਿਆ। ਕੱਲ ਇੱਕ ਵੀਰ ਹੈ ਕੋਈ ਤਲਵੀਰ ਸਿੰਘ ਵੀਰ ਜੀ ਨੇ, ਉਹਨਾਂ ਨੇ ਉੱਥੇ ਕੱਲ ਨੂੰ ਧਰਨਾ ਲਾਉਣਾ, ਕੱਲ ਮਤਲਬ ਕਿ 10 ਤਰੀਕ ਨੂੰ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਹੋਸਪਿਟਲ ਜਿਹਨੂੰ ਬੁੱਚੜਖਾਨਾ ਕਿਹਾ ਜਾਂਦਾ, ਮਿੱਥੇ ਕਰ ਲੋ ਪਰਚਾ ਜਿਹਨੇ ਕਰਨਾ। ਸ਼੍ਰੋਮਣੀ ਕਮੇਟੀ ਵਾਲੇ ਮੈਂ ਚੈਲੰਜ ਕਰਦਾ, ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਨਾਂ ਅਪਮਾਨ ਕਰ ਰਹੇ ਹੋ। ਜਦੋਂ ਉਥੋਂ ਗਰੀਬ ਨਿਕਲਦਾ, ਰੋਂਦਾ, ਤਾਹਾਂ ਮਾਰਦਾ, ਹਾਹ ਦਾ ਨਾਰਾ ਮਾਰਦਾ, ਇੱਥੇ ਆ ਕੇ ਜਦੋਂ ਆਪਣਾ ਇਲਾਜ ਕਰਦਾ, ਨਵਤੇਜ ਚੌਧਰੀ ਨੇ ਦਿਖਾਉਣਾ ਹੀ ਆ, ਠੀਕ ਹੈ, ਕਿ ਉਹਨਾਂ ਨੇ ਇੱਕ ਗੁਰੂ ਦੀ ਗੋਲਕ ਤੋਂ ਚੱਲਣ ਵਾਲਾ ਹਸਪਤਾਲ ਜਿਹੜਾ, ਬਿਲਕੁਲ, ਉੱਥੇ ਮਰੀਜ਼ ਗਿਆ ਔਰ ਉਥੋਂ ਮਰੀਜ਼ ਨੂੰ ਬਾਹਰ ਕੱਢ ਦਿੱਤਾ ਜਾਂਦਾ। ਰਾਤ ਨੂੰ ਰਾਤ 10 ਵਜੇ ਹਾਕੀ ਦੀ ਪਲੇਅਰ ਬਾਹਰ ਕੱਢੀ ਔਰ ਉਹ ਵਿਚਾਰੀ ਸਾਡੇ ਕੋਲ ਆਈ। ਔਰ ਦੇਖੋ ਵੀਰ ਜੀ, ਅਸੀਂ ਤਾਂ ਕਹਿਣਾ ਹੀ ਆ ਕਿ ਗੁਰੂ ਦੀ ਗੋਲਕ ਤੋਂ ਦਰਬਾਰ ਸਾਹਿਬ, ਜਿਹੜੀ ਗੁਰੂ ਦੀ ਗੋਲਕ ਹੈ, ਜਿੰਨੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ, ਸਾਰਿਆਂ ਦੀ ਗੋਲਕ ਤੋਂ ਕਰੋੜਾਂ ਅਰਬਾਂ ਖਰਬਾਂ ਰੁਪਇਆ ਇਕੱਠਾ ਹੁੰਦਾ ਔਰ ਉਸ ਪੈਸੇ ਦੇ ਵਿੱਚੋਂ ਇੱਕ ਗਰੀਬ ਲੋਕਾਂ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਨਾਂ ਤੇ ਇੱਕ ਹਸਪਤਾਲ ਖੜਾ ਕੀਤਾ ਗਿਆ ਸੀ ਵੀ ਇੱਥੇ ਲੋਕਾਂ ਦੇ ਇਲਾਜ ਹੋਇਆ ਕਰਨਗੇ। ਪਰ ਉੱਥੇ ਕਿਵੇਂ ਏਪੀ ਸਿੰਘ ਨਾਮ ਦਾ ਇੱਕ ਰਾਕਸ਼ਸ, ਏਪੀ ਸਿੰਘ, ਡਾਕਟਰ ਏਪੀ ਸਿੰਘ ਦੇ ਨਾਮ ਦਾ, ਮੈਂ ਉਹਨੂੰ ਰਾਕਸ਼ਸ ਕਹਿੰਦਾ, ਰਾਕਸ਼ਸ, ਉਹ ਰਾਕਸ਼ਸ ਬਿਰਤੀ ਦਾ ਜਿਹੜਾ ਬੰਦਾ ਵਾ, ਉਹ ਅੱਜ ਮੈਂ ਵੀਡੀਓ ਵੇਖੀ ਸਰਦਾਰ ਤਲਵੀਰ ਸਿੰਘ ਦੀ, ਵਧੀਆ ਗੱਲ ਹੈ ਤਲਵੀਰ ਸਿੰਘ ਜੀ ਉਹਨਾਂ ਨੇ ਇਹ ਮੁੱਦਾ ਜਿਹੜਾ ਉਠਾਇਆ, ਦੁਬਾਰਾ ਉਠਾਇਆ। ਮੈਂ ਤੇ ਸਾਲ ਤੋਂ ਉਠਾਉਣ ਡਿਆ, ਮੇਰੇ ਤੇ 4 ਕਰੋੜ ਰੁਪਈਏ ਦਾ ਦਾਵਾ ਵੀ ਕੀਤਾ ਔਰ ਇੱਕ FIR ਵੀ ਕੀਤੀ ਆ। ਪਰ ਚਲੋ, ਦੇਰ ਆਏ ਦਰੁਸਤ ਆਏ, ਹੁਣ ਇਹਨਾਂ ਦੇ ਆਪਣੇ ਲੋਕ ਹੀ ਇਹਨਾਂ ਦੇ ਸਿਰ ਚ ਜੁੱਤੀਆਂ ਮਾਰਨ ਲੱਗ ਪਏ, ਹੁਣ ਇਹਨਾਂ ਦੇ ਆਪਣੇ ਲੋਕ ਹੀ ਡਾਕਟਰ AP ਸਿੰਘ ਦੇ ਸਿਰ ਚ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸ਼੍ਰੋਮਣੀ ਕਮੇਟੀ ਵਾਲਿਓ, ਤੁਹਾਡੇ ਸਿਰ ਚ ਸਵਾਹ ਬਹੁਤ ਪੈ ਗਈ ਆ, ਇਸ ਬੁੱਚੜ ਨੂੰ ਕੱਢੋ ਉੱਥੋਂ, ਚਲੋ ਛੱਡੋ, ਪਰ ਜਿਹੜਾ ਤੁਸੀਂ 4 ਕਰੋੜ ਦਾ ਮਾਨਹਾਨੀ ਦਾ ਵੀ ਨਵਤੇਜ ਸਿੰਘ ਜੀ ਤੇ ਪਾਇਆ, ਇਹ ਤੁਹਾਨੂੰ ਹੁਣ ਇਹਦਾ ਹਰਜਾਨਾ ਭਰਨਾ ਪੈਣਾ। ਜਿਹੜਾ ਗੁਰੂ ਦੀਆਂ ਗੋਲਕਾਂ ਤੁਸੀਂ ਉੱਥੇ ਅਸਥਾਨ ਲਾਏ ਨੇ, ਵੀ ਇੱਕ ਗਰੀਬ ਦੇ ਹਸਪਤਾਲ ਦੇ ਵਿੱਚੋਂ 4 ਕਰੋੜ ਰੁਪਇਆ ਤੁਸੀਂ ਕੱਢ ਕੇ ਲੈ ਕੇ ਜਾਣਾ। ਸੋ ਮੈਂ ਇਹ ਬੇਨਤੀ ਕਰਦਾ ਸਾਰੀ ਸਿੱਖ ਸਮਾਜ ਨੂੰ ਕਿ ਜਲਦੀ ਆਪਾਂ ਇਕੱਠੇ ਹੋ ਕੇ ਇਸ ਚੀਜ਼ ਦੇ ਉੱਪਰ ਜਾ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਕਹਿਣਾ, ਫਿਰ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਂ ਤੇ, ਮੈਂ ਵੀ ਕਹਿਣ ਲੱਗਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਂ ਤੇ ਤੁਸੀਂ ਹਸਪਤਾਲ ਨਹੀਂ ਚਲਾ ਰਹੇ, ਤੁਸੀਂ ਬੁੱਚੜਖਾਨਾ ਖੋਲਤਾ ਜਿਹਦੇ ਗਰੀਬਾਂ ਨੂੰ ਛਿੱਲ ਰਹੇ ਹੋ, ਲੁੱਟ ਰਹੇ ਹੋ, ਕਰ ਲਓ ਪਰਚਾ ਮਿਲਤੇ ਵੀ। ਤੇ ਮੈਂ ਜਿਹੜੀ ਬੇਨਤੀ ਕਰ ਰਿਹਾ, ਅਸੀਂ ਉਹ ਵੀ ਘੇਰਨਾ ਜਾ ਕੇ ਉੱਥੇ ਤੇ ਸਾਰੀ ਸੰਗਤ ਇਕੱਠੀ ਰਵੇ। ਜੇ ਸ਼੍ਰੋਮਣੀ ਕਮੇਟੀ ਨੇ ਬੰਦਿਆਂ ਵਾਂਗੂ ਕੰਮ ਨਾ ਕੀਤੇ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਸ ਗੱਲ ਦਾ ਹਰਜਾਨਾ ਭਰਨਾ ਪੈਣਾ। ਤੇ ਆਹ ਛੋਟੀ ਜਿਹੀ ਇੱਧਰ ਲਾਗੇ ਕਰੀ ਥੋੜ੍ਹਾ ਜਿਹਾ, ਗੁਰੂ ਸਿਰਫ ਲਾਗੇ ਲੈ ਉਹ, ਮੈਂ ਆਹ ਇੱਕ ਸਲੀਅਤ ਤੁਹਾਨੂੰ ਵਿਖਾਉਣ ਲੱਗਾ, ਆਹ ਦੇਖੋ ਰਾਤ ਕੱਢੀ ਆ ਜਨਾਨੀ ਹਸਪਤਾਲ ਚੋਂ, ਪੈਸੇ ਨਾ ਹੋਣ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਨਾਂ ਤੇ ਜਿਹੜਾ ਇਹਨਾਂ ਨੇ ਵੱਲਾ ਵਿਖੇ ਹਸਪਤਾਲ ਖੋਲਿਆ। ਭੈਣ ਜੀ ਕੀ ਗੱਲ ਹੋਈ ਇੱਥੇ?
आ चीज वेख के मैं वीरियो हुंदा की हीगा इत्थे मैं उन्हां पुलिस अफसरां नूं वी परचा कीता पिछे जिहे ने वीडियो पाई आ वीडियो पाउण दा मेरे ते परचा मरीज मेरे कोल आया रात 10 बजे मरीज नूं बाहर कढ़िया मरीज मेरे कोल आया मैं उहदा इलाज कराया ते मेरे ते परचा जिन्ने समाज चिंतक वीर ने जिन्ने सोशल मीडिया ते एक्टिव लोग हन मैं गुरप्यारियों अंत तक एक ही गल कहनी चाहांगे जेकर साडे अहुदेदार चंगे होण तां कदे वी किसे नूं किसे चीज़ दी कमी ना होवे। कहा जांदा सी कि अगर एक राजा चंगा है तां ओह अपनी प्रजा नूं हमेशा खुश रखदा है, पर अगर राजे दी ही नीयत माड़ी है, राजा ही अपनी प्रजा नूं गंदियां नज़रां नाल वेखे तां उस दी प्रजा कदे खुश नहीं रह सकती। उही हाल किते ना किते अज साडे सियासतदानां दा है अते साडे धार्मिक अदारियां दा है, क्योंकि साडे धार्मिक अदारियां दे उत्ते वी किते ना किते सियासतदान अज काबिज़ होए पए ने, सिद्धे या असिद्धे तौर ते, जिन्हां ने मीरी ते पीरी दा सिद्धांत ही पुट्ठा करके रख दिता है। ते जदों तक इह सिद्धांत सिद्धा नहीं हुंदा, धर्म हेठ राजनीति नहीं आंदी, उदों तक इन्हां सियासी धिरां दे हत्थ ठोकियां ने कौम दा बेड़ा बिठांदे ही रहना है। इस वास्ते लोड़ है जागदियां जमीरां वालियां नूं अग्गे आण दी, हिक ठोक के इन्हां नूं जवाब देण दी, जिद्दां वीर बरजिंदर सिंह परवाना ने दिता, तां जो इन्हां सियासी धिरां नूं पता लग सके कि जागदियां जमीरां वाले सिंह, चढ़दी कला वाले सिंह अजे जीउंदे बैठे ने, बिना मतलब तो किसी उत्ते ओहो अत्याचार नहीं होण देणगे। तो ये सब इस मसले उत्ते की सोचते हैं, अपने विचार नीचे कमेंट्स दे विच जरूर देना, वीडियो चंगी लगी होए लाइक ते शेयर भी जरूर करना। वाहिगुरु जी का खालसा, वाहिगुरु जी की फतेह। सिख धर्म की हर गतिविधि अते गुरबाणी वास्ते हुणे सबसक्राइब करो गुरबाणी अखंड बाणी, अते नोटिफिकेशन वास्ते बैल नूं रिंग करो।